ਬਿਸਮਿਲ੍ਲਾ ਰਹਿਮਾਨ ਰਹੀਮ। ਦੋਸਤੋ, ਅੱਜ ਅਸੀਂ ਨੰਗੇ ਪੈਰ ਚੱਲਣ ਦੇ ਫਾਇਦੇ ਦੱਸਾਂਗੇ। ਨੰਗੇ ਪੈਰ ਚੱਲਣ ਨਾਲ ਬੇਸ਼ੁਮਾਰ ਫਾਇਦੇ, ਹਜ਼ਾਰਾਂ ਫਾਇਦੇ ਨੇ। ਜਦੋਂ ਦਾ ਅਸੀਂ ਨੰਗੇ ਪੈਰ ਚੱਲਣਾ ਛੱਡਤਾ, ਮਿੱਟੀ ਨਾਲ ਅਰਥ ਹੋਣਾ ਛੱਡਤਾ, ਅਤੇ ਉਦੋਂ ਦੀਆਂ ਸਾਡੀਆਂ ਬਿਮਾਰੀਆਂ ਨੇ ਸਾਡੇ ਵਜੂਦ ਦੇ ਵਿੱਚ ਜਗ੍ਹਾ ਬਣਾ ਲਈ। ਨੰਗੇ ਪੈਰ ਅਗਰ ਤੁਸੀਂ ਰੋਜ਼ਾਨਾ ਸਿਰਫ 12 ਮਿੰਟ ਚੱਲਦੇ ਜੇ, ਸੁਬਾਹ ਉੱਠ ਕੇ ਛੋਟਾ ਜਿਹਾ ਕੰਮ ਹੈ, ਫਜਰ ਦੀ ਨਮਾਜ਼ ਪੜ੍ਹਨ ਤੋਂ ਬਾਅਦ ਤੁਸੀਂ 12 ਮਿੰਟ ਮੱਟੀ ਨਾਲ ਅਰਥ ਹੁੰਦੇ ਜੇ, ਅਤੇ ਉਹਦੇ ਕੀ ਫਾਇਦੇ ਨੇ ਅੱਜ ਮੈਂ ਤੁਹਾਨੂੰ ਦੱਸਣਾ। ਪਹਿਲਾਂ ਤਾਂ ਇਹ ਆ ਕਿ ਤੁਹਾਡੇ ਜਿਸਮ 'ਚ ਜਿੰਨੀਆਂ ਵੀ ਮੈਡੀਕਲ ਦੇ ਪੁਆਇੰਟ ਆਫ ਵਿਊ ਨਾਲ ਬੈਡ ਰੇਸ ਵਗੈਰਾ ਹੈਗੀਆਂ ਨੇ, ਇਲੈਕਟ੍ਰੋਨਿਕਸ ਜਾਂ ਮੋਬਾਈਲ ਦੀਆਂ, ਉਹ ਸਾਰੀਆਂ ਰਾਤ ਤੁਹਾਡੀ ਬਾਡੀ 'ਚ ਹੁੰਦੀਆਂ, ਉਹ ਜ਼ਮੀਨ ਨਾਲ ਅਰਥ ਹੋਣ ਕੇ ਇਹ ਜ਼ਮੀਨ ਦੇ ਵਿੱਚ, ਜ਼ਮੀਨ ਮੈਗਨੇਟ ਦਾ ਕੰਮ ਕਰਦੀ ਹੈ, ਮੈਗਨੇਟ ਦਾ ਕੰਮ ਕਰਨ ਉਹ ਸਾਰੀ ਵੇਵਸ ਜਿਹੜੀਆਂ ਜਿਹੜੇ ਗੈਰ ਜ਼ਰੂਰੀ ਜਿਹੜੀਆਂ ਵੇਵਸ ਨੇ ਉਹ ਜ਼ਮੀਨ ਦੇ ਅੰਦਰ ਚਲੀਆਂ ਜਾਂਦੀਆਂ। ਨੰਗੇ ਪੈਰ ਚੱਲਣਾ ਤੁਹਾਡੇ ਬੇਸ਼ੁਮਾਰ ਕਿਸਮ ਦੇ ਪੁਆਇੰਟ ਨੇ, ਬਾਡੀ ਦੇ ਹਰ ਅਜ਼ੂ ਐਕਟਿਵ ਹੋ ਜਾਂਦਾ। ਐਕਟਿਵ ਹੋਣ ਨਾਲ ਤੁਸੀਂ ਨਾ ਤਾਂ ਤੁਹਾਨੂੰ ਕਬਜ਼ ਰਹੇਗੀ, ਨਾ ਤੁਹਾਨੂੰ ਪੇਟ ਦਾ ਕੋਈ ਮਰਜ਼ ਰਹੇਗਾ, ਨਾ ਤੁਹਾਨੂੰ ਕਿਸੇ ਕਿਸਮ ਦਾ ਹੋਰ ਬਿਮਾਰੀ ਰਹੇਗੀ। ਇਸ ਵਾਸਤੇ ਸਾਰੇ ਦੋਸਤਾਂ ਨੂੰ ਇਹ ਕਿ ਆਪਣੇ ਬੱਚਿਆਂ ਨੂੰ ਵੀ ਰੋਜ਼ਾਨਾ ਅਗਰ ਤੁਸੀਂ ਘਰ ਜੇ ਸੁਬਾਹ ਉੱਠ ਕੇ ਘਰ ਦੇ ਵਿੱਚ 15 ਮਿੰਟ 12 ਮਿੰਟ ਆਸਤਾ ਆਸਤਾ ਵਧਾਉਂਦੇ 1 ਘੰਟੇ ਤੱਕ ਲੈ ਜਾਓ, ਮੱਟੀ 'ਤੇ ਚੱਲਣਾ ਸ਼ੁਰੂ ਕਰ ਦਿਓ, ਮੱਟੀ ਨਾਲ ਅਰਥ ਹੋਣਾ ਸ਼ੁਰੂ ਕਰ ਦਿਓ, ਇਨਸ਼ਾਅੱਲਾ ਬਿਮਾਰੀਆਂ ਸਾਰੀਆਂ ਖਤਮ ਹੋ ਜਾਣਗੀਆਂ। ਅਸੀਂ ਇੱਕ ਪੁਆਇੰਟ, ਇੱਕ ਤਾਂ ਤੁਸੀਂ ਅਗਰ ਮੱਟੀ 'ਤੇ ਨਹੀਂ ਚੱਲ ਸਕਦੇ, ਤੁਹਾਡੇ ਕੋਲ ਗਰਾਸੀ ਗਰਾਊਂਡ ਹੈ ਉਹਦੇ 'ਤੇ ਚੱਲੋ। ਅਗਰ ਇਹ ਵੀ ਨਹੀਂ ਕਰ ਸਕਦੇ, ਸਾਡਾ ਇਹ ਖਾੜਾ ਹੈਗਾ, ਇਹ ਖਾੜਾ, ਖਾੜਾ ਤੁਸੀਂ ਦੇਖੋ, ਖਾੜੇ 'ਚੋਂ ਮਿੱਟੀ ਲੈ ਜਾਓ, ਅਸੀਂ ਮੱਟੀ ਦਿੰਦੇ ਹਾਂ, ਘਰ ਜਾ ਕੇ 2 ਫੁੱਟ 3 ਫੁੱਟ 'ਤੇ ਮੱਟੀ ਰੱਖ ਕੇ ਉੱਥੇ ਆਪਣੀ ਜ਼ਮੀਨ 'ਤੇ ਸਿਰਫ ਪਵੋ ਜਿਹੜੇ ਨੇ ਉਹਦੇ 'ਤੇ ਰੱਖੋ, ਮੱਟੀ 'ਚ ਦਬਾ ਲਓ, ਇਨਸ਼ਾਅੱਲਾ ਤੁਸੀਂ ਵੇਖੋਗੇ ਚੰਦ ਦਿਨਾਂ 'ਚ, ਮੈਕਸੀਮਮ 40 ਦਿਨ 'ਚ ਜਿੰਨੀ ਮਰਜ਼ੀ ਕਰੋਨਿਕ ਬਿਮਾਰੀ ਆ ਉਹ ਦੂਰ ਹੋ ਜਾਏਗੀ। ਇਹ ਸਾਡੇ ਦੋਸਤ ਨੇ ਸ਼ਵਾਕ ਸਾਹਿਬ, ਤੁਸੀਂ ਜ਼ਰਾ ਦੱਸੋ, ਜਦੋਂ ਤੁਸੀਂ ਨੰਗੇ ਪੈਰ ਚੱਲਣਾ ਸ਼ੁਰੂ ਕੀਤਾ ਤਾਂ ਕੀ ਮਹਿਸੂਸ ਕਰ ਰਹੇ ਜੀ? ਫਾਇਦੇ ਤਾਂ ਇਸਕੇ ਬੇਸ਼ੁਮਾਰ ਸਭ ਬਤਾ ਰਹੇ ਹੈ, ਲੇਕਿਨ ਸਭਸੇ ਬੇਸਿਕ ਜੋ ਹਰ ਬੰਦਾ ਮਹਿਸੂਸ ਕਰ ਸਕਦਾ ਹੈ, ਸਾਰੀ ਰਾਤ ਜਬ ਹਮ ਬੈਡ ਪੇ ਸੋਤੇ ਹੈ, ਚਾਰਪਾਈ ਪੇ ਲੇਟਤੇ ਹੈ, ਜੈਸੇ ਹਮ ਸੁਬਾਹ ਉੱਠ ਕੇ ਪਹਿਲਾ ਪਾਉਂ ਆਪਣਾ ਜ਼ਮੀਨ ਪਰ ਰੱਖਤੇ ਹੈ, ਤਾਂ ਅਜੀਬ ਸੀ ਰੂਹਾਨੀਅਤ, ਅਜੀਬ ਸੀ ਰਾਹਤ ਫੀਲ ਹੋਤੀ ਹੈ ਕਿ ਜੈਸੇ ਹਮ ਜ਼ਿੰਦਗੀ ਮੇਂ ਵਾਪਸ ਦੌੜ ਰਹੇ ਹੈਂ। ਇਹ ਤਾਂ ਸਭਸੇ ਬੇਸਿਕ ਜੋ ਹਰ ਬੰਦਾ ਇਸਕੋ ਐਕਸਪੀਰੀਅੰਸ ਕਰ ਸਕਦਾ ਹੈ ਫਾਇਦਾ ਇਸਕਾ। ਡਾਕਟਰ ਸਾਹਿਬ ਆਪ ਤਸ਼ਰੀਫ਼ ਹੈ, ਡਾਕਟਰ ਸਾਹਿਬ ਡਾਕਟਰ ਦਰਾਨ ਸਾਹਿਬ ਹੈ, ਪ੍ਰੈਸ ਕਲੱਬ ਕੇ ਪ੍ਰੈਜ਼ੀਡੈਂਟ ਹੈ, ਇਹ ਬਤਾਏਂਗੇ ਆਪਣੇ ਐਕਸਪੀਰੀਅੰਸ, ਕਿਉਂਕਿ ਇਹ ਵੀ ਸੁਬਾਹ